ਜਿਹੜੀ ਜੇ ਫਿਲਮ ਸਿੱਧੀ ਸਿੱਧੀ ਲੱਗ ਜੇ ਨਾ ਇਹ ਵੀ ਇੱਕ ਬੜਾ ਆਪਣੇ ਆਪ ਦੇ ਵਿੱਚ ਚੈਲੰਜ ਸੀਗਾ ਚੈਲੰਜ ਨੂੰ ਜਿੱਤਣ ਦਾ ਸਵਾਦ ਹੀ ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਸਿਰਫ ਸਾਨੂੰ ਹੀ ਨਹੀਂ ਚਾਹ ਫਿਲਮ ਦਾ ਆਡੀਅੰਸ ਨੂੰ ਬਹੁਤ ਜ਼ਿਆਦਾ ਚਾਹ ਤੇ ਵੇਟ ਆ ਸੋ ਫਾਈਨਲੀ ਫਿਲਮ ਜਿਹੜੀ ਆ ਹੁਣ ਥੀਏਟਰਸ ਦੇ ਵਿੱਚ ਆ ਸਾਰੇ ਜਾਣੇ ਜ਼ਰੂਰ ਜ਼ਰੂਰ ਜਾਓ ਜੋੜੀ ਦੇਖਣ ਬਹੁਤ ਸੋਹਣੀ ਫਿਲਮ ਡਿਸਪਿਊਟ ਸੀ ਆ ਸਾਰਾ ਖਤਮ ਹੋ ਗਿਆ ਸੀ ਉਹਨਾਂ ਨੇ ਮੀਟਿੰਗ ਕੀਤੀ ਸੀਗੀ ਤੇ ਉਹਨਾਂ ਨੂੰ ਕਨਫਿਊਜ਼ਨ ਸੀ ਇਹ ਚਮਕੀਲੇ ਉੱਤੇ ਮੂਵੀ ਹੈਗੀ ਆ ਸੀ ਉਹਨੇ ਬੜਾ ਕਲੀਅਰ ਦੱਸਿਆ ਕਿ ਚਮਕੀਲੇ ਉੱਤੇ ਨਹੀਂ ਮੂਵੀ ਇਹ ਜਸਟ ਉਸ ਦੌਰ ਦੀ ਮੂਵੀ ਹੈਗੀ ਆ ਜੋੜੀ ਹੁਣ ਰਿਲੀਜ਼ ਹੋ ਗਈ ਆ ਤੇ ਆਪਣਾ ਸਿਨੇਮਾ ਵਿੱਚ ਸਾਰੇ ਸ਼ੋਅ ਖੁੱਲ ਗਿਆ ਹੁਣ ਅੱਗੇ ਤੁਸੀਂ ਪਹੁੰਚੋ ਐਂ ਲਾ ਹੁੰਦਾ ਸੀ ਵੀ ਬਾਈ ਟੈਨਸ਼ਨ ਵਿੱਚ ਕਿਉਂ ਰਹਿੰਦਾ ਹੈ ਪਰ ਅਸਲ ਵਿੱਚ ਐਂ ਹੁੰਦਾ ਹੁੰਦਾ ਸੀ ਜਦੋਂ ਕੋਈ ਚੀਜ਼ ਬਣਾਉਣੀ ਹੁੰਦੀ ਸੀ ਕਿ ਉਹਦੀ ਟੈਨਸ਼ਨ ਲੈ ਕੇ ਹੀ ਕਹਿੰਦੇ ਹੁੰਦੇ ਨਾ ਵੀ ਫਿਕਰ ਨਾ ਕਰੋ ਨਹੀਂ ਫਿਕਰ ਕਰੋ ਇਹ ਬਾਈ ਤੋਂ ਸਿੱਖਿਆ ਪਹਿਲਾਂ ਤਾਂ ਅਸੀਂ ਮੀਡੀਆ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ ਜਿਹੜੇ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਇੱਥੇ ਆਏ ਹੈਗੇ ਹਾਂ ਸੋ ਅਸੀਂ ਸਾਰੇ ਆਪਣੇ ਥਰਮ ਮੋਸ਼ਨ ਐਂਡ ਰਿਦਮ ਵਾਇਸ ਬਣੀ ਤੁਹਾਡਾ ਸਾਰਿਆਂ ਨੂੰ ਬਹੁਤ ਬਹੁਤ ਥੈਂਕਸ ਕਰਦੇ ਹਾਂ ਅਤੇ ਕਈ ਨੂੰ ਸੀਗਾ ਵੀ ਮੰਡੇ ਤੱਕ ਆਊਗੀ ਗਾਂਹ ਦੀ ਡੇਟ ਬਣੂਗੀ ਅਤੇ ਪਰ ਇਹ ਹੁਣ ਤੁਸੀਂ ਦੇਖਿਆ ਵੀ ਆਪਣਾ ਮੂਵੀ ਰਿਲੀਜ਼ ਹੋ ਗਈ ਆ ਥੀਏਟਰ ਸਾਰੇ ਖੁੱਲ੍ਹ ਗਏ ਹੈਗੇ ਆ ਅਤੇ ਸੀਟਾਂ ਤੜ ਸੋਲ ਹੋ ਰਹੀਆਂ ਨੇ ਅਤੇ ਅਸੀਂ ਥੈਂਕਸ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਸਪੋਰਟ ਲਈ ਹਾਂਜੀ ਦੇਖੋ ਆਡੀਅੰਸ ਇੰਨਾ ਵੇਟ ਕਰ ਰਹੀ ਸੀ 3 ਸਾਲਾਂ ਤੋਂ ਮੂਵੀ ਦੇਖਣ ਵਾਸਤੇ ਰਾਈਟ ਅਤੇ ਸਾਡੇ ਵੀ ਬਹੁਤ ਚੈਲੰਜ ਸੀਗਾ ਰਾਈਟ ਹੁਣ ਨਿੱਕੀ ਜਿਹੀ ਪ੍ਰੋਬਲਮ ਪਈ ਸੀਗੀ ਵੀ ਹਾਂ ਇਹ ਚਮਕੀਲੇ ਅਤੇ ਆਪਣਾ ਜੋੜੀ ਦਾ ਕਨਫਿਊਜ਼ਨ ਹੋਇਆ ਸੀਗਾ ਅਤੇ ਅਸੀਂ ਡੇ 1 ਤੋਂ ਕਹਿ ਰਹੇ ਹਾਂ ਵੀ ਸਾਡੀ ਮੂਵੀ ਹੱਟ ਨਹੀਂ ਹੋਈ ਆ ਚਮਕੀਲੇ ਦੀ ਨਹੀਂ ਹੈਗੀ ਅਤੇ ਜਿਹੜੇ ਬੰਦਿਆਂ ਨੇ ਕੇਸ ਕੀਤਾ ਉਹਨਾਂ ਨੇ ਮੀਟਿੰਗ ਹੋਈ ਸੀ ਬਹੁਤ ਵਧੀਆ ਮੀਟਿੰਗ ਹੋਈ ਸੀ ਅਤੇ ਉਹਨਾਂ ਨੂੰ ਅਸੀਂ ਸਰਟੀਫਾਈ ਕਰ ਦਿੱਤਾ ਉਹ ਵੀ ਹੈਗੀ ਵੀ ਹਾਂ ਤੁਹਾਡੀ ਮੂਵੀ ਇਜ਼ ਹਾਟਮੀ ਮੂਵੀ ਹੈਗੀ ਆ ਅਤੇ ਤਾਂ ਇਹ ਪੋਜ਼ਿਟਿਵ ਰਿਜ਼ਲਟ ਆਇਆ ਅਤੇ ਤਾਂ ਹੀ ਲੋਕਾਂ ਨੂੰ ਦੁਬਾਰੇ ਮੂਵੀ ਚਾਂਸ ਇੰਡੀਅਨ ਦੇਖਣ ਨੂੰ ਮਿਲੀ ਹੈ ਮੈਂ ਪਹਿਲਾਂ ਸਾਰਿਆਂ ਨੂੰ ਦਾ ਥੈਂਕਸ ਕਰਨਾ ਚਾਹੁੰਦੀ ਹਾਂ ਮੈਨੂੰ ਬਹੁਤ ਸਾਰੇ ਮੈਸੇਜਿਸ ਆਏ ਸੋ ਮੈਨੂੰ ਬਹੁਤ ਵਧੀਆ ਲੱਗਾ ਕਿ ਸਿਰਫ ਸਾਨੂੰ ਹੀ ਨਹੀਂ ਚਾਹ ਫਿਲਮ ਦਾ ਆਡੀਅੰਸ ਨੂੰ ਬਹੁਤ ਜ਼ਿਆਦਾ ਚਾਹ ਅਤੇ ਵੇਟ ਆ ਸੋ ਫਾਈਨਲੀ ਫਿਲਮ ਜਿਹੜੀ ਆ ਹੁਣ ਥੀਏਟਰਸ ਦੇ ਵਿੱਚ ਆ ਅਤੇ ਬੁੱਕ ਮਾਈ ਸ਼ੋਅ ਦੇ ਉੱਤੇ ਟਿਕਟਸ ਵੀ ਓਪਨ ਆ ਸੋ ਸਾਰੇ ਜਾਣੇ ਜ਼ਰੂਰ ਜ਼ਰੂਰ ਜਾਓ ਜੋੜੀ ਦੇਖਣ ਬਹੁਤ ਸੋਹਣੀ ਫਿਲਮ ਅੱਜ ਇੱਕ ਐਸਾ ਦਿਨ ਸੀਗਾ ਜਿਹੜਾ ਕਿ ਸ਼ਾਇਦ ਜ਼ਿੰਦਗੀ ਦਾ ਸਭ ਤੋਂ ਵੱਧ ਨਿਰਾਸ਼ਾ ਭਰਿਆ ਅਤੇ ਸਭ ਤੋਂ ਵੱਧ ਖੁਸ਼ੀ ਭਰਿਆ ਸੋ ਸੇਮ ਡੇ ਅੱਜ ਦਿਨ ਅਸੀਂ ਬਹੁਤ ਜ਼ਿਆਦਾ ਨਿਰਾਸ਼ ਸੀਗੇ ਅਤੇ ਬਹੁਤ ਜ਼ਿਆਦਾ ਖੁਸ਼ ਹਾਂ ਔਰ ਇਹ ਵੀ ਹੈ ਚਲੋ ਪੜਾਅ ਆਉਂਦੇ ਆ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਹੁੰਦਾ ਹੈ ਪਰ ਜੇ ਬੰਦਾ ਹੌਸਲਾ ਨਾ ਹਾਰੇ ਔਰ ਟੀਮ ਜਿਹੜੀ ਆ ਉਹ ਹਾਰਡ ਵਰਕ ਨਾਲ ਔਰ ਭਰੋਸੇ ਨਾਲ ਕੰਮ ਕਰੇ ਕਿ ਹਾਂ ਅਸੀਂ ਰਿਜ਼ਲਟ ਲੈ ਆਵਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਉਹ ਵੀ ਜ਼ਰੂਰੀ ਆ ਜਿਹੜੀ ਜੇ ਫਿਲਮ ਸਿੱਧੀ ਸਿੱਧੀ ਲੱਗ ਜੇ ਨਾ ਇਹ ਵੀ ਇੱਕ ਬੜਾ ਆਪਣੇ ਆਪ ਦੇ ਵਿੱਚ ਚੈਲੰਜ ਸੀਗਾ ਚੈਲੰਜ ਨੂੰ ਜਿੱਤਣ ਦਾ ਸਵਾਦ ਹੀ ਸੋ ਸਾਰੀ ਟੀਮ ਨੇ ਬੜੀ ਸੋਹਣੀ ਐਫਰਟ ਕੀਤੀ ਹੈ ਅਥਿੰਦ ਭਾਅ ਜੀ ਨੇ ਕਾਰਜ ਭਾਅ ਜੀ ਨੇ ਈਵਨ ਕੈਨੇਡਾ ਬਹਿ ਕੇ ਅਮਰਿੰਦਰ ਭਾਅ ਜੀ ਨੇ ਸ਼ਮੀ ਭਾਅ ਜੀ ਨੇ ਸੋ ਇਹ ਸਾਰੀ ਟੀਮ ਨੇ ਬਹੁਤ ਸੋਹਣਾ ਅਸੀਂ ਜਿੱਦਾਂ ਜਦੋਂ ਫਿਲਮ ਬਣਾਈ ਹੈ ਜਾਂ ਲਿਖੀ ਹੈ ਡਾਇਰੈਕਟ ਕੀਤੀ ਹੈ ਐਕਟਰਸ ਨੇ ਆਪਣਾ ਕੰਮ ਕੀਤਾ ਹੈ ਸਾਰਿਆਂ ਨੇ ਬਹੁਤ ਸਾਰਿਆਂ 'ਤੇ ਬਹੁਤ ਜ਼ਿੰਮੇਵਾਰੀ ਭਰਿਆ ਕੰਮ ਰਿਹਾ ਹੈ ਪ੍ਰੋਡਿਊਸਰਾਂ ਦੀ ਕੋਈ ਜ਼ਿੰਮੇਵਾਰੀ ਭਰਿਆ ਕੰਮ ਹੈ ਨਹੀਂ ਸੀ ਉਹਨਾਂ ਤੇ ਵੀ ਇੱਕ ਉਹਨਾਂ ਲਈ ਵੀ ਇੱਕ ਇਮਤਿਹਾਨ ਸੀਗਾ ਸੋ ਵਧੀਆ ਸਾਰੀ ਟੀਮ ਨੇ ਸੋਹਣੇ ਤਰੀਕੇ ਨਾਲ ਪਾਸ ਕੀਤਾ ਮੈਂ ਸਿਰਫ ਨੈਗੇਟਿਵ ਪਬਲਿਸਿਟੀ ਨੂੰ ਕਦੇ ਮੈਨੂੰ ਲੱਗਦਾ ਹੁੰਦਾ ਕਿ ਸਾਨੂੰ ਲੋੜ ਨਹੀਂ ਆ ਬਿਕੋਜ਼ ਅਸੀਂ ਆਪਣੇ ਵੱਲੋਂ ਇੰਨਾ ਸੋਹਣਾ ਕੰਮ ਕਰੀਦਾ ਵੀ ਲੋਕ ਕੰਮ ਨੂੰ ਪਸੰਦ ਕਰਦੇ ਔਰ ਕੰਮ ਵੇਖ ਕੇ ਕੰਮ ਵੇਖਣਾ ਚਾਹੁੰਦੇ ਔਰ ਉਸੇ ਆਪਾਂ ਜਦੋਂ ਸ਼ੁਰੂ ਕਰਦੇ ਹਾਂ ਫਿਲਮ ਆਪਾਂ ਇਹ ਸੋਚ ਕੇ ਤਾਂ ਕਦੇ ਵੀ ਨਹੀਂ ਕਰਦੇ ਕਿ ਇੱਕ ਦਿਨ ਫਿਲਮ ਦੀ ਕੋਈ ਨੈਗੇਟਿਵਿਟੀ ਹੋਏਗੀ ਜਾਂ ਕੋਈ ਇਦਾਂ ਦਾ ਹੋਊਗਾ ਤਾਂ ਫਿਰ ਫਿਲਮ ਚੱਲੇਗੀ ਲੋਕਾਂ ਦੇ ਵਿੱਚ ਤਾਂ ਦਰਸ਼ਕਾਂ ਦਾ ਜਾਂਦਾ ਯਾਰ ਕਿ ਉਹ ਹੋ ਗਿਆ ਕੀ ਗਾਣਾ ਹੋ ਗਿਆ ਚਰਚਾ ਦਾ ਹੁੰਦਾ ਇਹ ਚਰਚਾ ਹੁੰਦੀ ਹੈ ਚਰਚਾ ਹੁੰਦੀ ਹੈ ਹਾਂ ਚਰਚਾ ਹੁੰਦੀ ਹੈ ਪਰ ਦੇਖੋ ਜੀ ਉਹ ਸਾਰੀ ਟੀਮ 4 ਦਿਨ ਨਹੀਂ ਸੁੱਤੀ ਸਮੇਂ ਆਰਟਿਸਟ ਸਮੇਂ ਪ੍ਰੋਡਿਊਸਰ ਸਮੇਂ ਡਾਇਰੈਕਟਰ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਸਾਰੇ ਉੱਤੇ ਠੀਕ ਹੈ ਹਾਂਜੀ ਯੈਸ ਤੇ ਬਹੁਤ ਚੈਲੰਜ ਹੀ ਹੈ ਕਿ ਆਡੀਅੰਸ ਜੇ ਬਾਈ ਚਾਂਸ ਡਿਲੇ ਹੋ ਗਈ ਮੂਵੀ ਕਿਉਂਕਿ ਸਾਨੂੰ ਬਹੁਤ ਚਾਹ ਸੀ ਔਰ ਬਹੁਤ ਟਾਈਮ ਤੋਂ ਅਸੀਂ ਵੀ ਵੇਟ ਕਰ ਰਹੇ ਸੀ ਕਿ ਕਦੋਂ ਲੋਕੀ ਜੋੜੀ ਦੇਖਣ ਕਿਉਂਕਿ ਜੋੜੀ ਨਾਲ ਅਸੀਂ ਇਮੋਸ਼ਨਲੀ ਬਹੁਤ ਅਟੈਚ ਰਹੇ ਹਾਂ ਫਿਲਮ ਦੇ ਨਾਲ ਸੋ ਇੱਕਦਮ ਤਾਂ ਥੋੜ੍ਹਾ ਡਰ ਲੱਗਾ ਲੇਕਿਨ ਸਾਰੇ ਬਹੁਤ ਪੋਜ਼ਿਟਿਵ ਸੀ ਕਿਉਂਕਿ ਜਦੋਂ ਤੁਸੀਂ ਮਿਹਨਤ ਕੀਤੀ ਹੁੰਦੀ ਹੈ ਨਾ ਤਾਂ ਮੈਨੂੰ ਲੱਗਦਾ ਰੱਬ ਵੀ ਉਦੋਂ ਸਾਥ ਦਿੰਦਾ ਹੈ ਸੋ ਜਿਸ ਸੱਚਾਈ ਦੇ ਨਾਲ ਮਿਹਨਤ ਕੀਤੀ ਸੀ ਸਾਰੀ ਟੀਮ ਨੇ ਵਾਹਿਗੁਰੂ ਜੀ ਨੇ ਸਾਥ ਦਿੱਤਾ ਅਤੇ ਫਾਈਨਲੀ ਫਿਲਮ ਥੀਏਟਰ ਸਟਾਰ ਹੋਈ ਹਰ ਪੱਖੋਂ ਹੀ ਵਿਖਾਇਆ ਗਿਆ ਜੀ ਕਿ ਦੇਖੋ ਇੱਕ ਇਹ ਵੀ ਨਹੀਂ ਕਿ ਸਿਰਫ ਕਲਾਕਾਰ ਅੱਛਾ ਅੱਛਾ ਜਦੋਂ ਅਸੀਂ ਫਿਲਮ ਸ਼ੁਰੂ ਕੀਤੀ ਅਸੀਂ ਕਲਾਕਾਰਾਂ ਨੂੰ ਲਿਆ ਜ਼ਰੂਰੀ ਕਿਉਂਕਿ ਕਲਚਰ ਹੈ ਕਲਰ ਹੈ
पर साड़ी शुरू तो एक कोशिश सी, खास करके असी चाहते सी यार कोई होर बनाऊंगा तो कलाकारां दे बनाऊंगा, असी वो फिल्म बनाउणी चाहते सा जिहदे जिहदे विच कलाकारां दे अंदर जिहड़े करैक्टर ने ह्यूमन जिहड़े ने उन्हां ते फिल्म बनाई जावे, वो हसबैंड वाइफ की जोड़ी ते फिल्म बनाई जावे, उस मुंडे कुड़ी ते फिल्म बनाई जावे जिहड़े एक दूजे दे तोतली अखां च तोतला हो गए ने, है ना, सो मुहब्बत की फिल्म बनाई जावे। अखां बोलदियां तुहानू समझ आ जांदा, पर जे अखां बोलन ते समझ ना आवे ते फिर तोतलियां ਨਹੀਂ। ਓਬਵੀਅਸਲੀ ਬਹੁਤ ਜ਼ਿਆਦਾ ਇਹਨਾਂ ਸਾਰਿਆਂ ਨਾਲੋਂ ਜ਼ਿਆਦਾ ਟੈਨਸ਼ਨ ਮੈਨੂੰ ਸੀ ਓਨੈਸਟਲੀ, ਫਿਲਮ ਇਹਨਾਂ ਨੂੰ ਵੀ ਪਤਾ ਹੈ ਇਹ, ਕਿਉਂਕਿ ਮੈਂ ਕੰਸਟੈਂਟਲੀ ਫੋਨ ਕਰੀ ਜਾਂਦਾ ਅਤੇ ਐਂਡ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਆਪਣੇ ਵੱਲੋਂ ਕੀ ਐਫਰਟ ਕਰਾਂ। ਅਤੇ ਦੂਜੀ ਗੱਲ ਚੰਗੀ ਗੱਲ ਜਿਹੜੀ ਹੋਈ ਕਿ ਮੈਂ ਆਸਟ੍ਰੇਲੀਆ ਤੋਂ ਅਤੇ ਆਸਟ੍ਰੇਲੀਆ ਦੇ ਵਿੱਚ ਫਿਲਮ ਲੱਗ ਗਈ, ਅਤੇ ਉੱਥੋਂ ਵਾਲੇ ਜਿੰਨੇ ਵੀ ਮੇਰਾ ਸਰਕਲ ਆ, ਫਰੈਂਡ ਸਰਕਲ ਆ, ਫੈਮਲੀਜ਼ ਹੈ, ਉਹ ਸਾਰੇ ਜਣੇ ਫਿਲਮ ਦੇਖ ਰਹੇ, ਅਤੇ ਮੇਰੇ ਕੋਲ ਹੁਣ ਤੱਕ ਮਤਲਬ ਫੋਨ ਮੈਸੇਜਸ ਬਹੁਤ ਜ਼ਿਆਦਾ ਵਧੀਆ ਆ ਰਹੇ ਨੇ। ਐਂਡ ਸਾਰਿਆਂ ਨੇ ਓਬਵੀਅਸਲੀ ਲਿਵਰ ਜੀ ਨੇ ਅਤੇ ਆਪਣੇ ਦਲਜੀਤ ਭਾਜੀ ਨੇ ਸਾਰਾ ਕ੍ਰੈਡਿਟ ਤਾਂ ਜ਼ਿਆਦਾ ਅਮਰ ਨੇ, ਕਿਉਂਕਿ ਇਹਨਾਂ ਨੇ ਇਹਨਾਂ ਦਾ ਨਾ ਦਿਮਾਗ ਉਦੋਂ ਪੜ੍ਹਨਾ ਬੜਾ ਔਖਾ ਹੁੰਦਾ ਸੀ, ਐਂ ਲੱਗਦਾ ਹੁੰਦਾ ਸੀ ਵੀ ਬਾਈ ਟੈਨਸ਼ਨ ਜਿਹੀ 'ਚ ਕਿਉਂ ਰਹਿੰਦਾ, ਪਰ ਅਸਲ ਵਿੱਚ ਐਂ ਹੁੰਦਾ ਹੁੰਦਾ ਸੀ ਜਦੋਂ ਕੋਈ ਚੀਜ਼ ਬਣਾਉਣੀ ਹੁੰਦੀ ਸੀ ਕਿ ਉਹਦੀ ਟੈਨਸ਼ਨ ਲੈ ਕੇ ਹੀ, ਕਹਿੰਦੇ ਹੁੰਦੇ ਨਾ ਵੀ ਫਿਕਰ ਨਾ ਕਰੋ, ਨਹੀਂ ਫਿਕਰ ਕਰੋ, ਇਹ ਬਾਈ ਤੋਂ ਸਿੱਖਿਆ ਮੈਂ ਕਿ ਫਿਕਰ ਕਰਕੇ ਚੀਜ਼ ਵਧੀਆ ਬਣਦੀ ਹੈ, ਜਦੋਂ ਤੁਸੀਂ ਕਿਸੇ ਚੀਜ਼ ਨੂੰ ਸੀਰੀਅਸਲੀ ਲੈਣੇ ਉਹ ਓਬਵੀਅਸਲੀ ਉਹ ਵਧੀਆ ਬਣੂਗੀ, ਅਤੇ ਮੈਂ ਓਬਵੀਅਸਲੀ ਆਪਦੇ ਕੈਰੈਕਟਰ ਤੋਂ ਮੈਨੂੰ ਲੱਗਦਾ ਤੁਸੀਂ ਦੇਖੋਗੇ ਉਹ, ਤਾਂ ਹੁਣ ਤੁਸੀਂ ਦੱਸਿਓ ਬਾਅਦ 'ਚ ਵੀ ਕਿਵੇਂ ਜੇ ਲੱਗਿਆ ਕਿਵੇਂ ਨਹੀਂ, ਮੈਂ ਆਪਦਾ ਬੈਸਟ ਦਿੱਤਾ ਅਤੇ ਉਹ ਬੈਸਟ ਦਿੱਤਾ ਭਾਈ ਜੀ ਨੇ। ਤੂੰ ਵੀ ਟੁੱਟੀ ਆ ਕਿੰਨੀਆਂ ਮੰਗਾਈਆਂ ਕਿੰਨੀਆਂ ਆਪਾਂ, ਸੋ ਪਹਿਲਾਂ ਤਾਂ ਬਾਈ ਦਾ ਬੜਾ ਐਕਚੁਅਲੀ ਇਹ ਨਹੀਂ ਹੈ ਕਿ ਵੀ ਐਵੇਂ ਇਕਾਤ ਬਣੀ ਆਪਣੇ ਇੱਥੇ ਨਾ ਕਿ ਐਵੇਂ ਕ੍ਰੈਡਿਟ ਦੂਜੇ ਨੂੰ ਦੇਈ ਜਾਣਾ, ਸੋ ਇਹ ਜੀ ਗੱਲ ਨਹੀਂ ਹੈ। ਹਰਸਿਮਰ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਜ਼ਿਆਦਾ ਮਿਹਨਤ ਕੀਤੀ, ਕਿਉਂਕਿ ਇੱਕ ਮਾਹੌਲ ਹੀ ਇੱਦਾਂ ਵਧੀਆ, ਔਰ ਹਰ ਬੰਦੇ ਨੇ ਬਹੁਤ ਮਿਹਨਤ ਕੀਤੀ ਹੈ। ਨਿਮਰਤ ਨੇ ਮੇਰੇ ਖਿਆਲ 'ਚ ਇੱਕ ਅੱਜ ਜਦੋਂ ਸੌਂਕਣ ਜਾਂ ਉੱਦਾਂ ਦੀਆਂ ਫਿਲਮਾਂ ਆ ਗਈਆਂ ਜਿੱਥੇ ਬਹੁਤ ਲਾਊਡ ਬੋਲਣਾ, ਔਰ ਲਾਊਡ ਬੋਲ ਕੇ ਐਂਟਰਟੇਨ ਕਰਨਾ ਬਹੁਤ ਈਜ਼ੀ ਆ, ਬਟ ਉਸੇ ਥਾਂ 'ਤੇ ਜੋ ਤੁਸੀਂ ਬਹੁਤ ਅੰਡਰ ਰਹਿ ਕੇ ਲੋਕਾਂ ਨੂੰ ਐਂਟਰਟੇਨ ਕਰਨਾ ਉਹ ਬਹੁਤ ਔਖਾ ਕੰਮ ਹੈ। ਸੋ ਇਸ ਜੋੜੀ ਫਿਲਮ ਦੇ ਵਿੱਚ ਨਿਮਰਤ ਨੇ ਬਹੁਤ ਅੰਡਰ ਰਹਿ ਕੇ ਬਹੁਤ ਸੋਹਣਾ ਕੰਮ ਕੀਤਾ ਹੈ। ਇਹ ਮੇਰੇ ਖਿਆਲ ਦੇ ਵਿੱਚ ਇੱਕ ਐਕਟਰ ਦੇ ਕਿੰਨਾ ਵੱਡਾ ਐਕਟਰ ਹੋ ਸਕਦਾ ਇਹਦੇ ਲੱਛਣ ਹੈ। ਹਾਂਜੀ, ਮੈਂ ਦਿੱਲੀ ਤਿੰਨ ਮੋਸ਼ਨ ਫਿਲਮ ਤੋਂ ਬੋਲ ਰਿਹਾ ਹੈਗਾ, ਅਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਲੱਗਿਆ ਜੋੜੀ ਆਪਣਾ ਨੂੰ ਕਨਫਿਊਜ਼ ਕਾਫੀ ਚੱਲ ਰਿਹਾ ਸੀਗਾ ਕਿ ਆਊਗੀ ਕਿ ਨਹੀਂ ਆਊਗੀ, ਅਤੇ ਜੋੜੀ ਹੁਣ ਰਿਲੀਜ਼ ਹੋ ਗਈ ਹੈ ਅਤੇ ਆਪਣਾ ਸਿਨੇਮਾ ਵਿੱਚ ਸਾਰੇ ਸ਼ੋਅ ਖੁੱਲ੍ਹ ਗਿਆ, ਹੁਣ ਆ ਕੇ ਤੁਸੀਂ ਪਹੁੰਚੋ, ਅਤੇ ਜੋ ਵੀ ਇਹਦੀ ਸੀਗਾ ਡਿਸਪਿਊਟ ਸੀਗਾ ਉਹ ਸਾਰਾ ਖਤਮ ਹੋ ਗਿਆ, ਅਸੀਂ ਉਹਨਾਂ ਨੂੰ ਮੀਟਿੰਗ ਕੀਤੀ ਸੀਗੀ ਅਤੇ ਉਹਨਾਂ ਨੂੰ ਕਨਫਿਊਜ਼ ਸੀ ਇਹ ਚਮਕੀਲੇ ਉੱਤੇ ਮੂਵੀ ਹੈਗੀ ਆ, ਅਸੀਂ ਉਹਨੂੰ ਬੜਾ ਕਲੀਅਰ ਦੱਸਤਾ ਚਮਕੀਲੇ ਉੱਤੇ ਨਹੀਂ ਮੂਵੀ, ਇਹ ਜਸਟ ਉਸ ਦੌਰ ਦੀ ਮੂਵੀ ਹੈਗੀ ਆ, ਅਤੇ ਉਹ ਉਹਨਾਂ ਨੇ ਵੀ ਫਿਰ ਸਾਨੂੰ ਅੰਡਰਸਟੈਂਡ ਕੀਤਾ, ਅਤੇ ਆਡੀਅੰਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਵੀ ਥੋੜ੍ਹਾ ਜਿਹਾ ਸਾਨੂੰ ਸਪੋਰਟ ਕਰ ਰਹੀ ਹੈ ਇੰਨੇ ਜ਼ਿਆਦਾ। ਅਤੇ ਜਿਹੜੇ ਬੰਦੇ ਟਿਕਟਾਂ ਅੱਜ ਲੈ ਕੇ ਮੂਵੀ ਨਾ ਦੇਖ ਸਕੇ ਤਾਂ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਦੁਬਾਰਾ ਮੂਵੀ ਸੇਮ ਟਿਕਟਾਂ ਦਿਖਾ ਲਈਏ, ਅਤੇ ਸਾਡੇ ਨਾਲ ਜੁੜਦੇ ਰਹੋ ਪਲੀਜ਼, ਅਸੀਂ ਤੁਹਾਡੀ ਬਹੁਤ ਬਹੁਤ ਸਪੋਰਟ ਚਾਹੀਦੀ ਹੈ ਸਾਨੂੰ। ਅਗੇਨ ਧੰਨਵਾਦ ਤੁਹਾਡਾ ਸਾਰਿਆਂ ਦਾ।